Domino's Comedy House, brought to you by Domino's Pizza. Domino's everyday value starting at just ₹99. Powered by Pure Roots Herbals. Pure Roots Protein Shampoo, jisse baal bane mazboot, sundar aur ghane. ਭਾਜੀ ਵੈਸੇ ਇੱਕ ਮਸਤੀ ਵਾਲਾ ਸਵਾਲ ਜਿਹਾ ਆਇਆ ਦਿਮਾਗ 'ਚ, ਇਹ ਜਿੱਦਾਂ ਦਾ ਮਤਲਬ ਐਡਾ ਵਧੀਆ ਗਾਣਾ, ਪਤਾ ਨਹੀਂ ਜਦੋਂ ਤੁਸੀਂ ਗਾਉਂਦੇ ਹੋ ਨਾ ਤੇ ਇੱਦਾਂ ਨਾ ਇੱਕ ਫੀਲ ਆਉਂਦਾ ਕਿ ਬੜੇ ਹੀ ਸੰਸਕਾਰੀ, ਬੜੇ ਹੀ ਮਤਲਬ ਪਵਿੱਤਰ ਜੀ ਆਵਾਜ਼ ਜੀ. ਤੇ ਮੀਕਾ ਭਾਜੀ ਨੇ ਟ੍ਰੇਨਿੰਗ ਕਿਤੋਂ ਹੋਰ ਲਈ ਸੀ? ਉਹ ਬੜੇ ਸ਼ਰਾਰਤੀ ਹੈ ਭਾਜੀ, ਬਹੁਤ ਜ਼ਿਆਦਾ. ਹੁਣ ਸਾਰੀ ਜਨਰੇਸ਼ਨ ਇਹੋ ਜਿਹੀ, ਤੁਹਾਨੂੰ ਸਾਹਮਣੇ ਸਾਰੇ ਹੁਣ ਪਿਆਰੇ ਬੱਚੇ ਪੈਦਾ ਹੋ ਰਹੇ ਜੀ, ਔਰ ਮੀਕਾ ਮੇਰੇ ਤੋਂ 10 ਸਾਲ ਛੋਟਾ ਉਮਰ 'ਚ ਜੀ, ਅਤੇ ਮਾਹੌਲ ਦੇ ਨਾਲ ਉਹਨਾਂ ਨੇ ਦੇਖਿਆ ਜਿਹੋ ਜਿਹਾ ਮਾਹੌਲ ਹੈ ਉਹੋ ਜਿਹਾ ਬਣ ਜਾਓ, ਔਰ ਸ਼ਰਾਰਤੀ ਉਹ ਹੈ ਘੱਟ ਦਿਖਾਉਂਦਾ ਜ਼ਿਆਦਾ ਹੈ. ਕਿਤੇ ਇੱਦਾਂ ਤਾਂ ਨਹੀਂ ਗਾ ਕਿ ਉਹ ਸ਼ਰਾਰਤੀ ਹੈ ਘੱਟ ਦਿਖਾਉਂਦਾ ਜ਼ਿਆਦਾ? ਕਿਤੇ ਇਹ ਤਾਂ ਨਹੀਂ ਗਾ ਕਿ ਇਹ ਦਿਖਾਉਂਦੇ ਘੱਟ ਨੇ ਅਤੇ ਹੈਗੇ ਜ਼ਿਆਦਾ ਨੇ? ਮੀਕਾ ਭਾਜੀ ਇੱਕ ਬੜੀ ਅਲੱਗ ਜਿਹੀ ਪਰਸਨੈਲਿਟੀ ਹੈ, ਮੈਂ ਉਹਨਾਂ ਨੇ ਜਦੋਂ ਵੀ ਕਦੀ ਮੇਲ ਮਿਲਾਪ ਹੁੰਦਾ ਨਾ, ਹਾਂ, ਸੋ ਇੱਕ ਤਾਂ ਉਹ ਇੱਦਾਂ ਤਾਂ ਜਿਹੜੀ ਚੈਨ ਐਂ ਹਿਲਾਉਂਦੇ ਆ, ਮੈਂ ਐਵੇਂ ਕਰਕੇ ਐਵੇਂ, ਹਾਂਜੀ ਹਾਂਜੀ, ਉਹ ਜਾਣ ਕੇ ਮਤਲਬ ਕੋਈ ਹੈਗਾ ਕਿ ਜਾਂ ਦਿਖਾਉਂਦੇ ਚੈਨ ਮੇਰੇ ਕੋਲ ਸੋਨੇ ਦੀ ਸੋਨੇ ਦੀ ਸੋਨੇ ਦੀ? ਮੈਨੂੰ ਲੱਗਦਾ ਕਿ ਉਹਨਾਂ ਦੇ ਨਾਲ ਦੇ ਜਿੰਨੇ ਹੁਣ ਸਮਕਾਲੀਨ ਜਿੰਨੇ ਜੀ ਸਿੰਗਰ ਹੈਗੇ, ਆਰਟਿਸਟ ਹੈਗੇ, ਸ਼ਾਇਦ ਉਹਨਾਂ ਜ਼ਿਆਦਾ ਚੜਾਉਂਦਾ ਕਿ ਤੁਹਾਡੇ ਤੋਂ ਜ਼ਿਆਦਾ ਮੇਰੇ ਕੋਲ ਆ ਗਿਆ. ਭਾਅ ਜੀ ਤੁਹਾਡੇ ਲਈ ਇੱਕ ਸਰਪ੍ਰਾਈਜ਼ ਜਿਹੜਾ ਆਪਾਂ ਰੱਖਿਆ ਹੋਇਆ, ਸੋ ਸਰਪ੍ਰਾਈਜ਼ ਪੇਸ਼ ਕੀਤਾ ਜਾਵੇ, ਇੱਧਰ ਆਉਣਾ ਭਾਅ ਜੀ. ਉਹ ਚੱਲ ਕੁੜੀਏ ਨੀ ਚੱਲ ਹੋ ਤਈਆਂ, ਦੇਸੀ ਦਾਰੂ ਇੰਗਲਿਸ਼ ਮਾਰ, ਚੱਲ ਕੁੜੀਏ ਨੀ ਚੱਲ ਹੋ ਤਈਆਂ, ਦੇਸੀ ਦਾਰੂ ਇੰਗਲਿਸ਼ ਮਾਰ, ਚੱਲ ਕੁੜੀਏ ਨੀ ਚੱਲ ਹੋ ਤਈਆਂ, ਦੇਸੀ ਦਾਰੂ ਇੰਗਲਿਸ਼ ਮਾਰ, ਛੋਟੇ ਛੋਟੇ ਪੈਗ ਮਾਰ ਮੇਰੀ, ਛੋਟੇ ਛੋਟੇ ਪੈਗ ਮਾਰ, ਛੋਟੇ ਛੋਟੇ ਪੈਗ ਮਾਰ ਮੇਰੀ, ਛੋਟੇ ਛੋਟੇ ਪੈਗ ਮਾਰ. ਵਾਹ, ਥੈਂਕ ਯੂ ਵੈਰੀ ਮਚ. ਤੁਸੀਂ ਇਹ ਸਰਪ੍ਰਾਈਜ਼ ਦੇਣ ਲਈ ਆਏ? ਬੜਾ ਵੱਡਾ ਸਰਪ੍ਰਾਈਜ਼ ਵਾਕਈ ਭਾਜੀ, 6 ਫੁੱਟ, ਬਹੁਤ ਬਹੁਤ, ਵਿਦ ਗੋਗਲਸ, ਵਿਦ ਮਹਿੰਗੇ ਕੱਪੜੇ, ਵਿਦ ਮਹਿੰਗੇ ਬੂਟ, ਇੰਨਾ ਸਾਡਾ ਬਜਟ ਵੀ ਹੈ ਨਹੀਂ ਜਿੰਨੇ ਦੀ ਇਕੱਲੇ ਬੰਦੇ ਨੇ ਘੜੀ ਪਾਈ ਹੈ. ਅੱਛਾ, ਮੈਂ ਘੜੀ ਤੋਂ ਯਾਦ ਆਇਆ ਭਾਜੀ, ਬਹੁਤ ਮਹਿੰਗੀ ਹੈ, ਤੁਹਾਨੂੰ ਲੱਗ ਰਹੀ ਮਹਿੰਗੀ, ਤੁਹਾਡੇ ਲਈ, ਇਹਨਾਂ ਲਈ ਮਹਿੰਗੀ ਬਾਬੇ? ਆ ਦੇਖੋ ਜੀ, ਹੁਣ ਮੈਂ ਦੱਸ ਦਿੰਦਾ ਇਹਨਾਂ ਨੂੰ ਕਿਉਂ ਮਹਿੰਗੀ ਲੱਗਣੀ ਹੈ. ਨਵਰਾਜ ਹੰਸ, ਹੰਸ ਰਾਜ ਹੰਸ ਜੀ ਦੇ ਬੇਟੇ, ਦਲੇਰ ਮਹਿੰਦੀ ਸਾਹਿਬ ਦੇ ਦਾਮਾਦ, ਇਹਨਾਂ ਨੂੰ ਕਿਉਂ ਮੰਗੀ ਲੱਗਣੀ ਕੋਈ ਵੀ ਚੀਜ਼? ਅੱਗੇ ਵੀ, ਅੱਗੇ ਵੀ, ਅੱਗੇ ਵੀ. ਅਤੇ ਆਪ ਸਾਕਸ਼ਾਤ ਮੁੰਬਈ ਜਾ ਕੇ ਸੁਪਰ ਸਟਾਰ ਬਣਨ ਵਾਲੀ ਸ਼ਖਸੀਅਤ ਨਵਰਾਜ ਹੰਸ, ਕਿਉਂਕਿ ਮੈਂ ਇਸ ਲਈ ਨਵਰਾਜ ਹੰਸ ਨੂੰ ਬਹੁਤ ਜ਼ਿਆਦਾ ਮੰਨਦਾ ਭਾਅ ਜੀ, ਕਿ ਜਦੋਂ ਤੁਸੀਂ ਐਸੀ ਸ਼ਖਸੀਅਤ ਦੇ ਘਰ ਪੈਦਾ ਹੋ ਜਾਂਦੇ ਹੋ ਜਿਹੜੇ ਆਪ ਅੰਬਰਾਂ ਨੂੰ ਛੂਰੇ ਹੁੰਦੇ ਨੇ, ਉਹ ਇੰਨਾ ਬੋਝ ਆ ਜਾਂਦਾ ਨਾ ਕੰਧਿਆਂ 'ਤੇ, ਮਤਲਬ ਇੰਨਾ ਜ਼ਿਆਦਾ ਮੋਢਿਆਂ 'ਤੇ ਬੋਝ ਆ ਜਾਂਦਾ ਆ ਉਸ ਨਾਮ ਦਾ, ਪਰ ਉਸ ਨਾਮ ਨੂੰ ਸਾਕਾਰ ਕਰ ਰਹੇ ਨੇ ਬੰਬੇ ਜਾ ਕੇ ਨਵਰਾਜ ਹੰਸ. ਇੱਕ ਵਾਰ ਜ਼ੋਰਦਾਰ ਤਾੜੀਆਂ. ਥੈਂਕ ਯੂ ਸੋ ਮਚ. ਜਿਹੜਾ ਹੁਣੇ ਹੀ ਤਾਜ਼ਾ ਤਾਜ਼ਾ ਗਾਣਾ ਹਿੱਟ ਹੋਇਆ, ਫਿਲਮ ਨੇ ਵੀ 100 ਕਰੋੜ ਕਮਾਇਆ, ਭਾਅ ਜੀ ਦਿੱਤਾ ਉਹਨਾਂ ਨੂੰ ਤੁਹਾਡਾ ਬਹੁਤ ਕੁਛ? ਕਿਉਂਕਿ ਗਾਣਾ ਦਾ ਬਹੁਤ ਵੱਡਾ ਹੱਥ ਸੀ ਉਸ ਫਿਲਮ ਦੇ ਵਿੱਚ, ਆਪਣਾ ਛੋਟੇ ਛੋਟੇ ਪੈਗ. ਜੇ ਤੁਸੀਂ ਨਹੀਂ ਦਿੱਤਾ ਇਹਦਾ ਮਤਲਬ ਇਹ ਥੋੜ੍ਹੀ ਕੋਈ ਨਹੀਂ ਦਿੰਦਾ, ਬਾਕੀਆਂ ਤੋਂ ਤਾਂ ਲੈਣੇ ਸੀ ਨਾ ਫਿਰ ਥੋੜ੍ਹਾ ਜਿਹਾ. ਕੈਸਾ ਤੁਸੀਂ ਆਟਾ ਰੰਗ ਦਾ ਸੂਟ ਪਾ ਕੇ ਆ ਗਏ ਅੱਜ ਭਾਅ ਜੀ? ਰੰਗ ਥੋੜ੍ਹਾ ਚੇਂਜ ਹੈ, ਆਟਾ ਚਿੱਟਾ ਹੁੰਦਾ, ਇਹ ਥੋੜ੍ਹਾ ਬਰਾਊਨਿਸ਼ ਹੈ. That's what I'm saying, whole wheat. ਜਿਹੜਾ ਬਰਾਊਨ ਰੰਗ ਦਾ ਆਟਾ ਹੁੰਦਾ ਉਹਨੂੰ ਅੰਗਰੇਜ਼ੀ 'ਚ ਹੋਲ ਵੀਟ ਕਹਿੰਦੇ ਆ. ਹਾਂਜੀ, ਆਹ ਵੇਖਿਆ ਹੁਣ ਗੋਡਾ ਕੱਢ ਲਿਆ ਉੱਥੋਂ ਦੀ. ਨਹੀਂ ਮੈਂ ਲਕੋ ਰਿਹਾ. ਲਕੋ ਭਾਅ ਜੀ, ਕਿਹੜੀ ਚੀਜ਼ ਦੇ ਪਿੱਛੇ ਗੋਡਾ ਲਗੋ ਲੋਗੇ? ਲੁਕਾਉਣ ਵਾਲੀ ਚੀਜ਼ ਤਾਂ ਪਾ ਲਾਇਓ ਭਾਅ ਜੀ. ਨਵਰਾਜ ਭਾਅ ਜੀ, ਮੈਨੂੰ ਬੜਾ ਹੈਰਾਨੀ ਹੁੰਦੀ ਹੈ ਭਾਅ ਜੀ, ਦੇਖੋ ਕਿ ਇੱਕ ਬੰਦਾ ਜਦੋਂ ਪੈਦਾ ਹੁੰਦਾ ਆ, ਬ੍ਰੇਕਫਾਸਟ, ਲੰਚ, ਡਿਨਰ ਖਾਣ ਜਦੋਂ ਵੀ ਬਹਿੰਦਾ ਆ, ਸਾਹਮਣੇ ਹੰਸਰਾਜ ਹੰਸ ਜੀ ਟੇਬਲ 'ਤੇ ਮਿਲਦੇ ਨੇ, ਫਿਰ ਵੱਡੇ ਹੁੰਦੇ ਨੇ, ਵਿਆਹ ਹੁੰਦਾ ਆ, ਸਹੁਰਿਆਂ ਘਰ ਰੋਟੀ ਖਾਣ ਜਾਂਦੇ ਨੇ, ਸਾਹਮਣੇ ਦਲੇਰ ਮਹਿੰਦੀ ਸਾਹਿਬ, ਮੀਕਾ ਭਾਅ ਜੀ ਮਿਲਦੇ ਨੇ. ਅਤੇ ਮੈਨੂੰ ਇੱਕ ਗੱਲ ਦੱਸੋ, ਤੁਸੀਂ ਵੈਸੇ ਕਦੀ ਜ਼ਿੰਦਗੀ ਦੇ ਵਿੱਚ ਰੋਟੀ ਖਾਂਦੇ ਹੋਏ ਆਮ ਬੰਦਾ ਵੇਖਿਆ? ਹਾਂਜੀ, ਅੱਜ ਆਪਾਂ ਇਕੱਠਿਆਂ ਨੇ ਬ੍ਰੇਕਫਾਸਟ ਕੀਤਾ ਨਹੀਂ. ਦੇਖੋ, ਸਵੇਰ ਤੱਕ ਮੈਂ ਆਮ ਸੀ ਜਦੋਂ ਮੈਂ ਬ੍ਰੇਕਫਾਸਟ ਕਰ ਰਿਹਾ ਸੀ, ਹੁਣ ਦਲੇਰ ਮਹਿੰਦੀ ਸਾਹਿਬ ਦੇ ਬਗਲ 'ਚ ਬੈਠਾ, ਹੁਣ ਮੈਂ ਖਾਸ ਹੋ ਗਿਆ. ਅੱਛਾ, ਕਿੱਡੀ ਵੱਡੀ ਗੱਲ ਹੈ ਭਾਅ ਜੀ, ਦੇਖੋ ਇਹਨਾਂ ਦੇ ਪਰਿਵਾਰ 'ਚ ਆ, ਪਤਾ ਨਹੀਂ ਮੈਨੂੰ ਇੱਦਾਂ ਲੱਗਦਾ ਆ ਕਿ
ਹੰਸਰਾਜ ਹੰਸ ਜੀ ਦਾ ਗਾਣਾ ਆਇਆ ਸੀਗਾ ਕਿ ਟੋਟੇ ਟੋਟੇ, ਮੈਂ ਕਿਹਾ ਲੋਕਾਂ ਦੇ ਪੂਰੇ ਪੂਰੇ ਗਾਣੇ ਨਹੀਂ ਹਿੱਟ ਹੁੰਦੇ, ਤੁਹਾਡੇ ਟੋਟੇ ਟੋਟੇ ਹਿੱਟ ਹੋ ਜਾਂਦੇ। ਉਸ ਤੋਂ ਬਾਅਦ ਨਵਰਾਜ ਜੀ ਆਏ ਨੇ, ਲੋਕਾਂ ਦੇ ਵੱਡੇ ਵੱਡੇ ਨਹੀਂ ਹੁੰਦੇ, ਇਹਨਾਂ ਦੇ ਛੋਟੇ ਛੋਟੇ ਹਿੱਟ ਹੋ ਜਾਂਦੇ ਨੇ। ਇਹ ਪਰਿਵਾਰ 'ਚ ਤਾਂ ਕਦੋਂ ਤੱਕ ਚੱਲਣਾ ਅੱਗੇ? ਭਾਅ ਜੀ ਮੈਨੂੰ ਲੱਗਦਾ ਵੱਡਿਆਂ ਦੀਆਂ ਬਲੈਸਿੰਗਸ ਆ। ਮੈਨੂੰ ਪਹਿਲਾਂ ਤਾਂ ਆਪਣੇ ਫਾਦਰ ਸਾਹਿਬ ਕੋਲੋਂ ਬਲੈਸਿੰਗਸ ਮਿਲੀਆਂ, ਫਿਰ ਜਦੋਂ ਮੈਂ ਇਹਨਾਂ ਨੂੰ ਮਿਲਿਆ ਇਹਨਾਂ ਕੋਲੋਂ ਬਲੈਸਿੰਗਸ ਮਿਲੀਆਂ, ਪਾਪਾ ਜੀ ਕੋਲੋਂ, ਔਰ ਜਿੰਨੇ ਮੇਰੇ ਮੈਨੂੰ ਪਿਆਰ ਕਰਨ ਵਾਲੇ ਫੈਨਸ ਆ ਉਹਨਾਂ ਦਾ ਕਰਕੇ, ਜਦੋਂ ਜਦੋਂ ਰੱਬ ਵੀ ਤੁਹਾਡੇ ਨਾਲ ਹੋਵੇ, ਵੱਡਿਆਂ ਦਾ ਆਸ਼ੀਰਵਾਦ ਨਾਲ ਹੋਵੇ, ਫੈਨਸ ਤੁਹਾਡੇ ਨਾਲ ਹੋਣ, ਫਿਰ ਉਹ ਭਾਵੇਂ ਛੋਟੇ ਹੋਣ ਅਤੇ ਭਾਵੇਂ ਟੋਟੇ ਹੋਣ, ਉਹ ਚੱਲ ਹੀ ਜਾਂਦੇ। ਕਿਆ ਬਾਤ! ਦਲੇਰ ਭਾਅ ਜੀ, ਤੁਸੀਂ ਬਹੁਤ ਜ਼ਿਆਦਾ ਯਾਰਾਨਾ ਹੈ ਤੁਹਾਡਾ ਹੰਸ ਰਾਜ ਹੰਸ ਜੀ ਨਾਲ, ਅਤੇ ਹੁਣ ਤੁਸੀਂ ਇਹਨਾਂ ਦੇ ਦਮਾਦ ਹੋ। ਮਤਲਬ ਮੈਨੂੰ ਪਤਾ ਨਹੀਂ ਕਿਉਂ ਇੱਦਾਂ ਲੱਗਦਾ ਕਿ ਜਦੋਂ ਇਹ ਗੱਲਬਾਤ ਹੋਈ ਹੋਣੀ, ਜਦੋਂ ਇਹਨਾਂ ਨੂੰ ਖਬਰ ਪਹੁੰਚੀ ਹੋਣੀ ਕਿ ਤੁਹਾਡਾ ਵਿਆਹ ਹੋਣਾ ਆ ਇੱਧਰ, ਤਾਂ ਤੁਹਾਨੂੰ ਕਹਿੰਦੇ ਉਹ ਪੁਰਾਣੀਆਂ ਫਿਲਮਾਂ ਦਾ ਡਾਇਲੋਗ ਤਾਂ ਨਹੀਂ ਯਾਦ ਆਇਆ ਕਿ ਦੋਨੇ ਪਾਪਾ ਬੈਠੇ ਆਪਸ ਗੱਲ ਕਰ ਰਹੇ ਆ, ਹੰਸ ਜੀ ਮੈਂ ਸੋਚਤਾ ਹੂੰ ਕਿ ਅਬ ਹਮ ਆਪਣੀ ਦੋਸਤੀ ਕੋ ਰਿਸ਼ਤੇਦਾਰੀ ਮੈਂ ਬਦਲ ਦੇ, ਕੋਈ ਇੱਦਾਂ ਦਾ ਫੀਲ ਆਇਆ ਹੋਵੇ ਉਸ ਵੇਲੇ? ਮੈਨੂੰ ਪਤਾ ਲੱਗ ਕਿ ਮੇਰੀ ਬੇਟੀ ਇਹਨਾਂ ਨੂੰ ਪਸੰਦ ਕਰਦੀ, ਸੋ ਉਹਨੇ ਆਪਣੀ ਮੰਮੀ ਨੂੰ ਕਿਹਾ, ਮੰਮੀ ਨੇ ਪਾਪਾ ਨੂੰ ਕਿਹਾ, ਮੰਮੀ ਨੇ ਮੈਨੂੰ ਦੱਸਿਆ ਕਿ ਇੱਦਾਂ, ਮੈਂ ਦਿੱਲੀ ਸੀਗਾ ਔਰ ਕਹਿੰਦਾ ਵੀ ਤੁਸੀਂ ਇੱਕ ਵਾਰੀ ਭਾਈ ਨਾਲ ਗੱਲ ਕਰਕੇ ਦੇਖੋ ਜੀ, ਅਤੇ ਮੈਂ ਫਿਰ ਜਲੰਧਰ ਗਿਆ ਭਾਅ ਜੀ ਕੋਲ ਇੱਦਾਂ ਹੀ, ਕਿ ਕਿਉਂ ਨਾ ਸਾਡੇ ਰਿਸ਼ਤੇਦਾਰ। ਮੈਂ ਬਹੁਤ 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 ਥੈਂਕ ਯੂ ਹੰਸ ਭਾਈ ਦਾ ਕਿ ਉਹਨਾਂ ਨੇ ਇਹ ਗੱਲ ਨੂੰ ਮੰਨਿਆ, ਕਬੂਲ ਕੀਤਾ, ਔਰ ਉਸ ਵਕਤ ਬਹੁਤ ਅੱਛਾ ਜਿਹਾ ਮਾਹੌਲ ਲੱਗਾ, ਔਰ ਫਿਰ ਭਾਈ ਥੋੜ੍ਹਾ ਜਿਹਾ ਸੈਂਟੀ ਵੀ ਹੋ ਗਏ, ਭਾਈ ਥੋੜ੍ਹਾ ਜਿਹਾ ਥੋੜ੍ਹਾ ਉਹਨਾਂ ਅੱਖਾਂ 'ਚ ਹੰਝੂ ਆ ਗਏ, ਬੜੇ ਖੁਸ਼ ਸੀ ਕਿ ਇਸ ਤੋਂ ਅੱਛਾ ਰਿਸ਼ਤਾ ਹੋ ਨਹੀਂ ਸਕਦਾ। ਹਾਏ ਹਾਏ, ਇੱਕ ਤਾਂ ਸਾਡੇ ਘਰ 'ਚ ਮੱਖੀਆਂ ਵੀ ਨਾ ਬਸ ਚਾਹ ਵੇਖਦਾ ਹੀ ਆ ਜਾਂਦੀਆਂ। ਹੈਲੋ, ਲੈਜੈਂਡਰੀ ਆਦਮੀ ਬੈਠੇ ਨੇ, ਮੇਰਾ ਭਰਾ ਬੈਠਾ ਹੈ ਨਵਰਾਜ, ਅਤੇ ਤੂੰ ਐਡਾ ਤਾਂ ਭਟੂਰੇ ਦਾ ਮੂੰਹ ਨਹੀਂ ਫੁੱਲਦਾ ਜਿਹੜਾ ਤੂੰ ਫੁਲਾ ਕੇ ਬੈਠੀ ਹੋਈ ਹੈ। ਇਹ ਕੌਣ ਹੈ? ਬੇਬੀ ਡੋਲ ਮੈਦੇ ਦੀ, ਬੇਬੀ ਡੋਲ ਮੈਦੇ ਦੀ ਉਹਦੀ ਹੈ ਜਿਹਨੇ ਆਟੇ ਦਾ ਸੂਟ ਪਾਇਆ। ਉਹ ਕੀ ਹੋ ਗਿਆ ਤੈਨੂੰ? ਕੋਈ ਨਮਸਤੇ ਸਲਾਮ ਕਰਨੀ ਹੁੰਦੀ ਘਰੇ ਆਇਆਂ ਨੂੰ? ਮੈਂ ਇਹਨਾਂ ਨਾਲ ਨਾਰਾਜ਼ ਹਾਂ। ਕਿਉਂ, ਉਹਨਾਂ ਨੇ ਤੁਹਾਡੇ ਵਾਲ ਪੁੱਟੇ ਨੇ? ਇਹਨਾਂ ਨੇ। ਓ, ਮੈਂ ਤੇਰੇ 'ਚ ਹਵਾ ਭਰਤੀ। ਅੱਛਾ ਕੀ, ਅੱਛਾ ਸੌਰੀ, ਕੀ ਹੋ ਗਿਆ ਦੱਸੋ? ਇਹਨਾਂ ਨੇ ਆਪਣਾ ਵਿਆਹ ਤੇ ਕਰਾਇਆ ਹੀ ਕਰਾਇਆ, ਨਾਲ ਦੇ ਨਾਲ ਹੀ ਆਪਣੇ ਛੋਟਾ ਭਰਾ ਵੀ ਬੁੱਕ ਕਰ ਦਿੱਤਾ। ਮੈਂ ਨਾ ਕੁਝ ਗੱਲ ਹੀ ਨਹੀਂ ਕੀਤੀ, ਮੈਨੂੰ ਕੁਝ ਪੁੱਛਿਆ ਹੀ ਨਹੀਂ। ਘੱਟ ਘੱਟ ਬੰਦਾ ਇੱਕ ਵਾਰੀ ਸੁਣਾ ਤੇ ਮਾਰ ਹੀ ਲੈਂਦਾ ਨਾ। ਤੁਹਾਡੇ ਹਾਲ? ਐਕਸਕਿਊਜ਼ ਮੀ, ਇਹ ਤੁਹਾਡੀ ਬੇਟੀ ਹੈ ਕਿ ਵਾਈਫ ਹੈ? ਭਾਅ ਜੀ ਹੈ ਤਾਂ ਵਾਈਫ ਹੀ ਹੈ, ਪਰ ਥੋੜ੍ਹੀ ਜਿਹੀ ਬਦਤਮੀਜ਼ ਆ। ਕਿਉਂ ਮਾਰਨ ਤੇਰੇ ਨਾਲ ਸੋਚਾ? ਕਿਉਂ? ਤੁਹਾਨੂੰ ਪਤਾ ਕਿਉਂਕਿ ਮੈਂ ਇਹਨਾਂ ਦੀ ਫੋਟੋ 5 ਸਾਲ ਆਪਣੇ ਸਿਰਹਾਣੇ ਦੇ ਥੱਲੇ ਰੱਖ ਰੱਖ ਕੇ ਸੁੱਤੀ ਹਾਂ। ਇਹਨਾਂ ਨੇ ਮੈਨੂੰ ਆਪਣੇ ਘਰ ਦੀ ਨੂੰਹ ਬਣਨ ਦਾ ਮੌਕਾ ਹੀ ਨਹੀਂ ਦਿੱਤਾ। ਤੈਨੂੰ ਫਿਰ ਰਾਮਲੀਲਾ 'ਚ ਕੋਈ ਚਾਚੀ ਤਾੜਕਾ ਬਣਨ ਦਾ ਮੌਕਾ ਨਾ ਦੇਵੇ। ਇਹਨਾਂ ਨੇ ਦੇਖ ਲਓ ਆਪਣੀ ਕੁੜੀ ਦਾ ਵਿਆਹ ਕੀਤਾ ਅਤੇ ਮੈਨੂੰ ਸੱਦਿਆ ਹੀ ਨਹੀਂ। ਤੈਨੂੰ ਕਿਉਂ ਸੱਦਣਗੇ? ਮੈਂ ਐਡਾ ਸੋਹਣਾ ਸੂਟ ਸਵਾਇਆ ਹੋਇਆ ਸੀ। ਅੱਛਾ, ਮੈਨੂੰ ਲੱਗਾ ਮਹਿੰਦੀ ਲਾਉਂਦੀ ਹੈ ਵਿਆਹਾਂ ਤੇ। ਇਹ ਤੈਨੂੰ ਜਾਣਦੇ ਨੇ? ਉਹ ਚਲੋ ਐ ਨਹੀਂ ਜਾਣਦੇ, ਮਿੱਕਾ ਜੀ ਤਾਂ ਜਾਣਦੇ ਹੀ ਸੀ ਨਾ, ਉਹਨਾਂ ਨੇ ਵੀ ਨਹੀਂ ਮੈਨੂੰ ਸੱਦਿਆ। ਮਿੱਕਾ ਜੀ ਤੈਨੂੰ ਕਿਉਂ ਜਾਣਨਗੇ? ਓਏ ਮੈਂ ਕੁੜੀ ਹਾਂ ਅਤੇ ਉਹ ਤਾਂ ਸਾਰੀ ਕੁੜੀਆਂ ਨੂੰ ਜਾਣਦੇ ਨੇ। ਇਹ ਗੱਲ ਪੱਕੀ ਹੈ ਕਿ ਅਗਰ ਇਹ ਤੁਹਾਡੇ ਘਰੋਂ ਨਹੀਂ ਆਉਂਦੇ ਤਾਂ ਮੈਂ ਰਿਸ਼ਤਾ ਤੁਹਾਡੇ ਤੋਂ ਮਿੱਕੇ ਵਾਸਤੇ ਮੰਗ ਲੈਣਾ ਸੀ। ਮੀਕਾ ਜੀ ਮੈਂ ਗੱਲ ਕਹਾਂ, ਭਾਵੇਂ ਸਾਰੀ ਦੁਨੀਆਂ ਦੀ ਕੁੜੀਆਂ ਜਾਣਦੇ ਹੋਣ ਪਰ ਤੇਰੇ ਵਰਗੀ ਨੂੰ ਫੇਰ ਵੀ ਨਹੀਂ ਜਾਣਦੇ। ਚੱਲ ਜਾ, ਮੈਨੂੰ ਕੰਮ ਕਰ ਲੈਂਦੇ, ਚੱਲ ਜਾ ਅੰਦਰ। ਕੰਮ ਕਰ ਰਹੇ ਹੋ? ਹਾਂਜੀ। ਅਗਰ ਜ਼ਿੰਦਗੀ 'ਚ ਕੋਈ ਕੰਮ ਕੀਤਾ ਵੀ ਹੈਗਾ ਤੁਸੀਂ? ਭਾਅ ਜੀ ਆ ਬੰਦਾ ਨਾ ਇੰਨੀਆਂ ਇੰਨੀਆਂ ਵੱਡੀਆਂ ਗੱਪਾਂ ਮਾਰਦਾ ਨਾ, ਮੈਂ ਤੁਹਾਨੂੰ ਕੀ ਹੀ ਦੱਸਾਂ। ਕਿੰਨੀਆਂ ਕਿੰਨੀਆਂ ਵੱਡੀਆਂ? ਆ ਪਰਸੋਂ ਨਾ ਮਡੋਨਾ ਦਾ ਨਾ ਕਵਰ ਫੋਟੋ 'ਤੇ ਲਾ ਕੇ ਨਾ ਅਤੇ ਆਪਣੇ ਆਪ ਨੂੰ ਕਹਿੰਦਾ ਇੰਟਰਵਿਊ ਬਾਏ ਰਾਜੀਵ। ਤੁਸੀਂ ਆਪ ਸੋਚੋ ਮੈਡੋਨਾ ਦਾ ਇੰਟਰਵਿਊ
ਭਲਾ ਰਾਜੀਵ ਕੁੱਕੜਾਂ ਵਾਲਾ ਲੈ ਸਕਦਾ? ਮੈਂ ਨਾ ਤੁਹਾਨੂੰ ਗੱਲ ਇਹ ਪੁੱਛਣੀ ਸੀ, ਜਦੋਂ ਤੁਸੀਂ ਆਪਣੇ ਗਾਣੇ 'ਚ ਪ੍ਰਿਯੰਕਾ ਚੋਪੜਾ ਨੂੰ ਲਾਂਚ ਕੀਤਾ ਸੀ ਤੇ ਉਹ ਉਸੇ ਸਾਲ ਹੀ ਮਿਸ ਵਰਲਡ ਬਣ ਗਈ ਸੀ। ਮਿਊਜ਼ਿਕ ਸ਼ਾਦੀ ਬਣ ਗਈ ਉਮਰ ਕੈਦ ਕੀ ਸਜ਼ਾ, ਹਾਂ ਸਜ਼ਾ, ਚੋਰ ਕਾ ਝਟਕਾ ਹੈ ਜੋਰੋਂ ਸੇ ਲਗਾ। ਇੱਕੋ ਤਰੀਕਾ ਆ, ਰਾਤੀ ਸੌਣ ਲੱਗਿਆ ਨਾ ਸਰਾਣੇ ਥੱਲੇ ਨਾ ਗੜਵੀ 'ਚ ਪਾਣੀ ਰੱਖ ਕੇ ਸੋਇਆ ਕਰ। ਤੇ ਉਹਦੇ ਨਾਲ ਮੈਂ ਮਿਸ ਵਰਲਡ ਬਣਨਾ ਨਹੀਂ? ਨਹੀਂ, ਇਹ ਗੰਦੇ ਗੰਦੇ ਖਿਆਲ ਆਣੇ ਬੰਦ ਹੋ ਜਾਣਗੇ ਤੇਰੇ ਦਿਮਾਗ। ਤੂੰ ਮਿਸ ਵਰਲਡ ਨਹੀਂ ਬਣ ਸਕਦੀ, ਜਿੱਥੇ ਮਿਸ ਵਰਲਡ ਬਣਦੀਆਂ ਨਾ ਕੁੜੀਆਂ ਉਹਦੀ ਸਟੇਜ ਬਣ ਸਕਦੀ ਹੈ। ਤੇ ਆਪਣਾ ਉਹ ਦੂਜਾ ਟੈਲੈਂਟ ਵੀ ਵਿਖਾ, ਕਿਹੜਾ? ਅੰਦਰ ਜਾਣ ਵਾਲਾ, ਚੱਲ। Domino's Comedy House, brought to you by Domino's Pizza. Domino's everyday value starting at just ₹99. Powered by Pure Roots Herbals. Pure Roots Protein Shampoo, jisse baal bane mazboot, sundar aur ghane.